ਬਿਸਮਿਲ੍ਲਾਹਿਰ੍ਰਹਮਾਨਿਰ੍ਰਹੀਮ ਅਸਲਾਮੁ ਅਲੈਕੁਮ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੇ ਵਲੌਗ ਦਾ ਆਗਾਜ਼ ਕਰਨੇ ਦੋਸਤੋ 60 ਮੁਰਾਦ ਆਏ ਜੀ, ਘੋੜੀਆਂ ਰੱਖੀਆਂ ਨੇ ਭਾਈ ਹੋਰਾਂ ਨੇ, ਘੋੜੀਆਂ ਦਾ ਤੁਹਾਨੂੰ ਸ਼ੌਕ ਕਰਵਾਉਂਦੇ ਜੀ। ਨੁਕਰੀ ਘੋੜੀ ਦੇਖੋ ਜੀ, ਬੜੀ ਹੀ ਜ਼ਬਰਦਸਤ ਘੋੜੀ ਹੈ ਜੀ। ਉਧਰ ਘੋੜਾ ਹੈ ਅਤੇ ਤਿੰਨ ਇਸ ਸਾਈਡ 'ਤੇ ਘੋੜੀਆਂ ਨੇ। ਮੌਸਮ ਬੜਾ ਹੀ ਜ਼ਬਰਦਸਤ ਹੈ, ਸੀਨ ਚੈੱਕ ਕਰੋ, ਬਹੁਤ ਹੀ ਜ਼ਬਰਦਸਤ ਸੀਨ ਲੱਗ ਰਿਹਾ ਇੱਥੋਂ ਦਾ। ਆਹ ਆਪਣਾ ਘੋੜੀ ਸੀ ਬੈਠਾ, ਜੰਗ ਤੋਂ ਆਈ ਜੀ, ਪਾਣੀ ਵਾਲੀ ਡਿੱਗੀ ਬਣੀ ਹੋਈ ਜੀ। ਇਸ ਸਾਈਡ ਤੋਂ ਇਹ ਵਿਚੇਰੀਆਂ ਪਾਣੀ ਪੀ ਲੈਂਦੀਆਂ ਨੇ, ਉਸ ਸਾਈਡ ਤੋਂ ਇਹਨਾਂ ਵਾਸਤੇ ਇਹ ਵਾਲੀ ਉਹਨਾਂ ਵਾਸਤੇ ਉਹ ਵਾਲੀ ਜੀ। ਲਓ ਜੀ ਦੋਸਤੋ, ਦੂਸਰੀ ਸਾਈਡ ਤੇ ਆ ਗਏ ਜੀ। ਕਿਆ ਹੀ ਜ਼ਬਰਦਸਤ ਘੋੜੀਆਂ ਨੇ ਜੀ ਇੱਧਰ ਦੇਖੋ ਜੀ, ਸ਼ੌਪ ਕਰੋ। ਇਹ ਹੁਣ ਭਰਾ ਕੇ ਲਿਆ ਜੀ, ਇਹ ਕੇਸ ਹੈ, ਦੋ ਭਰਾ ਕੇ ਲਿਆ। ਇਹ ਕਿਹੜੇ ਕਪੜਾ ਹੈ ਜੀ? ਇਹ ਸਾਈ ਵਾਂਗ। ਚਾਚਾ ਜੀ, ਇਹ ਜਿਹੜੇ ਭਾਈ ਦੀਆਂ ਗੋਲੀਆਂ ਨੇ ਉਹਨਾਂ ਦਾ ਕੀ ਨਾਮ ਹੈ ਜੀ? ਡੋਡਾ ਹੀ ਸ਼ੌਕ ਸਾਰਾ ਸਾਂਝਾ ਹੀ ਹੈ, ਡੋਡਾ ਹੀ ਸ਼ੌਕ ਖਾਣ ਦਾ। ਠੀਕ ਠੀਕ, ਸਾਰਿਆਂ ਦਾ ਸਾਂਝਾ ਸ਼ੌਕ, ਕਾਫੀ ਨੇ ਹਾਂਜੀ, ਰਕਬੇ ਵਾਲੇ ਅਸੀਂ। ਠੀਕ ਠੀਕ ਜੀ, ਮਾਸ਼ਾਅੱਲਾ ਜੀ, ਦੇਖੋ ਵੀ ਸੱਜਣੋ ਮਿੱਤਰੋ, ਬੜੀਆਂ ਅੱਛੀਆਂ ਗੋੜੀਆਂ ਨੇ, ਬੜੀਆਂ ਵੱਡੀ ਹਾਈਟ ਵਾਲੀਆਂ ਤੇ ਸੋਹਣੀਆਂ ਗੋੜੀਆਂ ਨੇ ਜੀ, ਬੜਾ ਹੀ ਦਿਲ ਖੁਸ਼ ਹੋਇਆ ਜੀ। ਤਿੰਨ ਗੋੜੀਆਂ ਮਾਰ ਗਏ ਇਹਨਾਂ ਦੀਆਂ, ਇੱਕ ਮਾਂ ਸੀ ਹਾਂਜੀ, ਦੋ ਇਹਨਾਂ ਦੀਆਂ ਭੈਣਾਂ। ਠੀਕ ਹੈ ਜੀ, ਪਹਿਲੇ ਇਹਨੇ ਕਰਾਚੀ ਚੋਂ ਘੱਲੀਆਂ ਹਨ, ਉਹ ਰਿਟਾਇਰ ਹੋਈਆਂ ਹਨ, ਉਹ ਪੋਲੋ ਖੇਡਦੀਆਂ ਹਨ ਹਾਂਜੀ ਹਾਂਜੀ, ਉਹ ਵੀ ਮਰ ਗਈਆਂ ਹਨ। ਠੀਕ ਹੈ, ਘੋੜੀ ਤੇ ਤੁਸੀਂ ਵੀ ਸਵਾਰੀ ਕਰਦੇ ਹੋ? ਮੈਂ ਸਵਾਰ ਆ, ਮੈਂ ਕੋਈ ਫੁੱਦੂ ਪਣ ਤੋਂ ਹੁੰਦਾ। ਸਹੀ ਸਹੀ ਹੈ ਜੀ, ਸਹੀ ਹੈ, ਮੈਂ ਹਰ ਚੀਜ਼ ਨੂੰ ਸਮਝਣਾ ਹਾਂਜੀ, ਮੈਂ ਖਿਡਾਉਣ ਵੀ ਜਾਣਦਾ ਤੁਹਾਨੂੰ। ਉਹ ਆਪਣੀ ਵਿਸ਼ੇਰੀ ਵਿਖਾਣੇ, ਫਿਰ ਜਿਹੜੀ ਅੱਧ ਨੇ ਦਿੱਤੀ ਹੈ ਨਾ ਹਾਂਜੀ, ਉਹ ਵੀ ਵਿਖਾਣ ਵਾਂਗ ਵਿਸ਼ੇਰਾ ਹੁੰਦੇ। ਇਹ ਜਿਹੜੀ ਗੋੜੀ ਹੈ ਜੀ, ਇਹ ਕਿਹੜੇ ਬਲੱਡ ਲਾਈਨ ਚੋਂ, ਕਿੱਥੋਂ ਆਈ ਹੈ ਜੀ? ਮਾਸ਼ਾਅੱਲਾ ਬਹੁਤ ਅੱਛੀ ਘੋੜੀ ਹੈ ਜੀ, ਇਹ ਘੋੜੀ ਬਹੁਤ ਹੀ ਅੱਛੀ, ਗਾਂ ਇਹਦਾ ਬਹੁਤ ਰੌਲ ਜਿੰਦਾ ਗਾਂ ਵੀ ਹੈ। ਵਾਹ ਜੀ ਵਾਹ, ਮਾਸ਼ਾਅੱਲਾ ਜੀ, ਦੇਖੋ ਵੀ ਸਜੂ, ਬਹੁਤ ਅੱਛੀ ਘੋੜੀ ਹੈ ਜੀ, ਇਹ ਸਾਰੀਆਂ ਹੀ ਅੱਛੀਆਂ ਨੇ ਮਾਸ਼ਾਅੱਲਾ, ਵੱਡੀ ਹਾਈਟ ਦੇ ਵਿੱਚ, ਵੱਡੇ ਕੱਦ ਵਾਲੀਆਂ ਸੋਹਣੀਆਂ ਗੋੜੀਆਂ ਨੇ ਸੱਜਣੋ ਤੇ ਮਿੱਤਰੋ, ਇਹਨਾਂ ਦਾ ਸ਼ੌਕ ਕਰੋ ਜੀ, ਮਾਸ਼ਾਅੱਲਾ ਕਿਆ ਬਾਤ ਹੈ, ਬੜਾ ਹੀ ਦਿਲ ਖੁਸ਼ ਹੋਇਆ ਜੀ ਗੋੜੀਆਂ ਦਾ ਇਹ ਸ਼ੌਕ ਵੇਖ ਕੇ ਜੀ। ਉਧਰ ਉਹ ਵਿਸ਼ੇਰਾ ਜੀ, ਅੱਗੇ ਵਿਸ਼ੇਰੀਆਂ ਟੋਲਦੇ ਨੇ, ਇਹ ਕਾਫੀ ਸਾਰਾ ਅੱਗੇ ਵੀ ਫਾਰਮ ਬਣੇ ਆ ਜੀ, ਅੱਛਾ ਜੀ, ਅੱਛਾ ਇੱਥੇ ਸੈਲਜ ਬਣਦਾ ਜੀ, ਇਹ ਦੇਖੋ ਵੀ ਸੱਜਣੋ, ਇੱਧਰ ਕਾਫੀ ਸਾਰਾ ਜੀ ਬਾਗ ਲੱਗਿਆ, ਬਾਗ ਹੈ ਜੀ, ਮਤਲਬ ਇਹ ਵਿਕਿਆ 2,80,00,000 ਦਾ, 2,80,00,000 ਦਾ ਬਾਗ ਅੱਗੇ ਠੇਕੇ ਚਾੜਤਾ। ਬਹੁਤ ਵੱਡਾ ਬਾਗ ਹੈ ਜੀ, ਦੇਖੋ ਜੀ, ਖੱਜੀ ਵੀ ਲੱਗੀ ਹੈ, ਘੋੜਾ ਦੇਖੋ ਜੀ, ਜ਼ਬਰਦਸਤ ਗਾਈਆਂ ਦਾ ਫਾਰਮ ਦੇਖੋ ਜੀ, ਕਿਆ ਹੀ ਜ਼ਬਰਦਸਤ ਫਾਰਮ ਹੈ, ਬਹੁਤ ਵੱਡਾ ਗਾਈਆਂ ਦੇਖੋ ਜੀ। ਮੌਸਮ ਬੜਾ ਜ਼ਬਰਦਸਤ ਹੋ ਗਿਆ ਅੱਜ ਦਾ, ਅਤੇ ਬੜੀ ਦੂਰ ਆਏ ਜੀ, ਔਰ ਇੱਥੋਂ ਦਾ ਸ਼ੌਕ ਦੇਖ ਕੇ ਬੜੀ ਖੁਸ਼ੀ ਹੋਈ, ਬੜਾ ਜ਼ਬਰਦਸਤ ਸੈਟਅਪ ਹੈ, ਬਹੁਤ ਹੀ ਜ਼ਬਰਦਸਤ ਜਗ੍ਹਾ ਬਣੀ ਹੈ ਜੀ।
ਬੱਚਾ ਬੈਠਾ ਇੱਧਰ ਗਾਈਆਂ ਨੇ ਜੀ ਜ਼ਬਰਦਸਤ ਵਾਹ ਜੀ ਵਾਹ ਚਾਰ ਸਿਰੇ ਵਾਲ ਆ ਜਿਹੜਾ ਸਿਸਟਮ ਹੈ ਦੇਖੋ ਵੀ ਸੱਜਣ ਗਾਈਆਂ ਬੈਠੀਆਂ ਨੇ ਉਹਨਾਂ ਨੂੰ ਤਾਂ ਵੀ ਵਾਲ ਲੱਗ ਰਹੀ ਹੈ ਜੀ ਚਾਰ ਸਿਰੇ ਇਹਨਾਂ ਨੇ ਕਰਾਸਨ ਰੱਖੀ ਹੋਈ ਜੀ ਉਹ ਵੀ ਸੁਰਾ ਕੇ ਗਏ ਨੇ ਜੀ ਨਜ਼ਰ ਆ ਰਹੇ ਨੇ ਜੀ ਦੇਖੋ ਇਹ ਮੈਂ ਨਾ ਸੋਹਣ ਵਾਲੀ ਹੈ ਆਹ ਜਿਹੜੀ ਬੈਠ ਨਹੀਂ ਖੋਤੀ ਹਾਂ ਜੀ ਇਹ ਸਾਡੀ ਕੋਲ ਆਈ ਹੈ ਹੈ ਚਾਹੀ ਸੂਈ ਆ ਮਾਸ਼ਾਅੱਲ੍ਹਾ ਜੀ ਕਿਆ ਹੀ ਜ਼ਬਰਦਸਤ ਨਜ਼ਾਰਾ ਜੀ ਜ਼ਬਰਦਸਤ ਸ਼ੌਕ ਹੈ ਕਿਆ ਹੀ ਬਾਤ ਹੈ ਦੋਸਤੋ ਉਹਨਾਂ ਘੋੜੀਆਂ ਨੂੰ ਦੋਨੋਂ ਇਹ ਜ਼ਿਆਦਾ ਪਸੰਦ ਆਈ ਹੈ ਘੋੜੀ ਰੱਖੀ ਪੰਜ ਕਲਿਆਣ ਅੱਛਾ ਜੀ ਇਹ ਘੋੜੀ ਮਾਸ਼ਾਅੱਲ੍ਹਾ ਆਪਣੀ ਵੇਖ ਕੇ ਜੀ ਬੜਾ ਦਿਲ ਖੁਸ਼ ਹੋਇਆ ਜੀ ਤੇ ਮਾਸ਼ਾਅੱਲ੍ਹਾ ਜੀ ਬੜੀ ਅੱਛੀ ਘੋੜੀ ਹੈ ਜੀ ਅੱਲਾ ਪਾਕ ਨਜ਼ਰੇ ਬਾਤ ਤੋਂ ਬਚਾਵੇ ਜੀ ਅੱਲਾ ਪਾਕ ਡੋਡਾ ਸ਼ੌਕ ਹੋਰ ਵਧਾਵੇ ਜੀ ਤੇ ਸਦਾ ਸਲਾਮਤ ਦੋਨੋਂ ਵੀ ਰੱਖੇ ਗੋੜੀ ਨੂੰ ਵੀ ਜੀ ਅਲਹਮਦੁਲਿਲਾ ਹਾਂਜੀ ਤੇ ਇਹਦੀ ਕੋਈ ਤੁਹਾਨੂੰ ਸਾਨੂੰ ਤੁਸੀਂ ਥੋੜੀ ਜੀ ਬਲੱਡ ਲਾਈਨ ਦੱਸੋ ਵੀ ਕਿਹੜੇ ਬਲੱਡ ਲਾਈਨ ਚ ਹੋਏ ਇਹਦਾ ਕੋਈ ਹੈ ਪਤਾ ਜੀ ਪਤਾ ਕੀ ਆ ਮੈਂ ਗਿਆ ਸਾ ਸਰਗੋਜੇ ਹਾਂਜੀ ਸਰਗੋਜੇ ਮੇਰੇ ਭਾਣ ਜਿਹੜੇ ਉੱਥੇ ਅੱਛਾ ਜੀ ਇਹ ਮਗਰੋਂ 50 ਲਿਆਇਆ ਸੀ ਮੇਰਾ ਖਿਆਲ 72-7 ਚੋਂ ਲਿਆਇਆ ਜਾਂ 26 ਚੋਂ ਲਿਆਇਆ ਸ਼ੇਖਾ ਕੋਲ ਅੱਛਾ ਜੀ ਇਹ ਨਹੀਂ ਮੈਨੂੰ ਯਾਦ ਚੱਲੀ ਠੀਕ ਹੈ ਜੀ ਠੀਕ ਹੈ ਤੇ ਇੱਕ ਵਾਰ ਵਿਸ਼ੇਰਾ ਲਿਆਂਦਾ ਸੀ 64 ਚੋਂ ਹਾਂਜੀ ਉਹ ਵੇਚਤਾ ਸੀ ਹੁਣ ਉਹ ਕੰਮ ਕਰਦਾ ਪਿਆ ਬੜਾ ਠੀਕ ਹੈ ਜੀ ਅੱਛਾ ਜੀ ਇਹਨਾਂ ਦੀ ਹੁਣ ਉਮਰ ਕਿੰਨੀ ਹੈ ਜੀ ਪਤਾ ਨਹੀਂ ਮੇਰਾ ਖਿਆਲ 2 ਵਜੇ ਨਹੀਂ ਹੋਈ 2 ਨਹੀਂ ਹੋਈ ਤੇ ਲਾਦੀ ਹੈ ਵੈਸੇ ਲਾਦੀ ਉੱਤੇ ਚੜ੍ਹਦੇ ਉਹ ਸਾਹ ਕਾਂਡ ਵਾਲਾ ਕਰਨੇ ਮੁੰਡੇ ਕਰਦੇ ਨੇ ਕਦਮ ਸ਼ਦਮ ਬਸ ਯਾਨੀ ਕਿ ਹੈ ਕਦਮ ਹੀ ਰੱਖਦੇ ਮੈਂ ਉਹਨਾਂ ਨੂੰ ਰੋਕ ਦਿੱਤਾ ਮੈਂ ਤੁਸੀਂ ਐਵੇਂ ਖਰਾਬ ਕਰੋਗੇ ਠੀਕ ਠੀਕ ਮਾਸ਼ਾਅੱਲ੍ਹਾ ਉਹਨਾਂ ਨੂੰ ਨਹੀਂ ਅਜੇ ਤਜਰਬਾ ਨਹੀਂ ਜੀ 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 ਬਿਲਕੁਲ ਨਹੀਂ ਮਾਸ਼ਾਅੱਲ੍ਹਾ ਜੀ ਬੜੀ ਅੱਛੀ ਘੋੜੀ ਹੈ ਜੀ ਸਾਨੂੰ ਬੜੀ ਖੁਸ਼ੀ ਹੋਈ ਹੈ ਜੀ ਘੋੜੀ ਵੇਖ ਕੇ ਮਾਸ਼ਾਅੱਲ੍ਹਾ ਆਪਣਾ ਡੇਰਾ ਜਿਹੜਾ ਹੋਰ ਵੀ ਦੋਸਤਾਂ ਨੂੰ ਜਿਹੜੀ ਘੋੜੀ ਮੁਹੰਮਦ ਲਾਲੇ ਕੇ ਨੂੰ ਯਾ ਅੱਲ੍ਹਾ ਤੈਨੂੰ ਪੁੱਛਿਆ ਹਾਂਜੀ ਉਦੋਂ ਘੋੜੀ 1000 ਦੀ 15,000 ਦੀ 10,000 ਦੀ ਲੱਗਦੀ ਸੀ ਹਾਂਜੀ ਮੈਂ ਉਹ 40,000 ਦੀ ਵੇਚੀ ਸੀ ਵਾਹ ਜੀ ਗੱਗੋ ਮੰਡੀ ਦੇ ਆਏ ਸਨ ਠੀਕ ਹੈ ਜੀ ਨਾ ਗੱਗੋ ਮੰਡੀ ਨਹੀਂ ਸਰ ਕੁਜਰਾਂ ਤੋਂ ਅੱਗੇ ਆ ਮੰਡੀ ਬਹੁਤ ਹੀ ਹੈ ਮੰਡੀ ਬਹੁਤ ਹੀ ਸੀ ਮੇਰਾ ਖਿਆਲ ਅੱਛਾ ਜੀ ਚੀਮੇ ਲੈ ਕੇ ਸਨ ਠੀਕ ਹੈ ਜੀ ਗੋੜੀ ਦੀਆਂ ਕੰਨ ਕਰੋਸੀਆਂ ਬੜੀਆਂ ਸੋਹਣੀਆਂ ਨੇ ਜੀ ਮਾਸ਼ਾਅੱਲ੍ਹਾ ਗੋੜੀ ਦੇ ਕੱਲੇ ਗੋੜੀ ਦੇ ਜਿਹੜਾ ਆਨੇ ਉੱਤੇ ਚੈੱਕ ਕਰੋ ਜੀ ਦੇਖੋ ਕੀ ਹੈ ਜ਼ਬਰਦਸਤ ਪੁੱਠੇ ਨੇ ਜੀ ਚੀਜ਼ ਮਾਸ਼ਾਅੱਲ੍ਹਾ ਸੋਹਣੀ ਜੀ ਬਿਲਕੁਲ ਜੀ ਗੋੜੀ ਹੋਰ ਪਾਸੋਂ ਜੀ ਫਸਟ ਗੋੜੀ ਮਾਸ਼ਾਅੱਲ੍ਹਾ ਜ਼ਬਰਦਸਤ ਗੋੜੀ ਜੀ ਕੀ ਹੈ ਬਾਤ ਸੱਜਣੋ ਤੇ ਮਿੱਤਰੋ ਇਹਦਾ ਸ਼ੌਕ ਕਰੋ ਜੀ ਪੁੱਠੇ ਦੇਖੋ ਵੀ ਸੱਜਣੋ ਗੋੜੀ ਦੇ ਮਾਸ਼ਾਅੱਲ੍ਹਾ ਹਾਂ ਪੁੱਠਾ ਮਾਸ਼ਾਅੱਲ੍ਹਾ ਬਹੁਤ ਅੱਛਾ ਹਾਂ ਜੀ ਦੇਖੋ ਜੀ ਬਹੁਤ ਅੱਛੇ ਨੇ ਚਾਚਾ ਮਹਿਮੂਦ ਗਾਰਡ ਜੀ ਇਹਨਾਂ ਦਾ ਨਾਮ ਹੈ ਤੇ ਇਹਨਾਂ ਨੇ ਮਾਸ਼ਾਅੱਲ੍ਹਾ ਸ਼ੌਕ ਕੀਤਾ ਹੋਇਆ ਜੀ ਕੀ ਹੈ ਬਾਤ ਹੈ ਜੀ ਮਾਸ਼ਾਅੱਲ੍ਹਾ ਜੀ ਮਾਸ਼ਾਅੱਲ੍ਹਾ ਹੁਣ ਤਾਰੂ ਸ਼ਾਰੂ ਪਿਆ ਜੀ ਇੱਥੇ ਹਾਂਜੀ ਇੱਥੇ ਤਾਰੂ ਪਿਆ ਇਹਦਾ ਪਏ ਹੋਣਗੇ ਤੇ ਫਿਰ ਤੂੰ ਕਦਮ ਸਾਨੂੰ ਵਿਖਾਓ ਸਰਕਾਰ ਨੂੰ ਨਹੀਂ ਮੈਂ ਨਹੀਂ ਜਾਣਾ ਤੁਸੀਂ ਚੜ ਕੇ ਵੇਖ ਲਓ ਚਲੋ ਅਸੀਂ ਦੇਖ ਲਾਂਗੇ ਸਰਕਾਰ ਕੜਿਆਲਾ ਲੈ ਆਓ ਆ ਜਾਓ ਜਾਵੀ ਭਾਈ ਸੋਹਣੀ ਚੀਜ਼ ਤੇ ਬਹਿਣਾ ਵੀ ਵਿਚਾਰ ਆ ਹਾਂ ਹਾਂ ਜੀ ਬਿਲਕੁਲ ਜੀ ਬਈਏ ਲੱਗੋ ਚੱਲ ਹੁੰਦੀ ਇਹ ਲਾਗੀ ਸਾਡੀ ਨਿਕਲੀ ਹੋਵੇ ਫਿਰ ਕੋੜੀਆਂ ਚੋਂ ਘੋੜੀ ਦਾ ਜਿੰਨੀ ਕੀਮਤ ਦੀ ਘੋੜੀ ਹੈ ਨਹੀਂ ਸਾਡੇ ਕੋਲ ਸਮਾਨ ਹੈ ਘਰ ਕੀ ਕਿਹਾ ਜੀ ਜਿੰਨੀ ਵੀ ਘੋੜੀ ਹੈ ਨਾ ਹਾਂਜੀ
ਇੰਨੇ ਦਾ ਤਾਂ ਸਮਾਨ ਆ ਸਾਡੇ ਕੋਲ ਘੋੜੀਆਂ ਦਾ ਵਾਹ ਜੀ ਵਾਹ ਵਾਹ ਜੀ ਅਸੀਂ ਲਿਆਂਦੇ ਚੰਗ ਚ ਸੁਰਗੋਲ ਦੇ ਸਾਡੇ ਭਾਣਜੇ ਨੇ ਹਾਂਜੀ ਤੇ ਉਹਨਾਂ ਦੀ ਵਜ੍ਹਾ ਤੋਂ ਫਿਰ ਅਸੀਂ ਉੱਥੋਂ ਜ਼ਿਆਦਾ ਲੈ ਆਉਂਦੇ ਠੀਕ ਠੀਕ ਮਾਸ਼ਾਅੱਲਾ ਦੇਖੋ ਸਜਣਾ ਸੀਨਾ ਵੀ ਘੋੜੀ ਦਾ ਬੜਾ ਅੱਛਾ ਸੀਨਾ ਜੀ ਮਾਸ਼ਾਅੱਲਾ ਸੋਹਣਾ ਜੀ ਸੋਮ ਗਾਮਚੀ ਦੀ ਬੜੀ ਫਸਟ ਹੈ ਘੋੜੀ ਜੀ ਚਾਚੇ ਹਰੀਆਂ ਨੂੰ ਬਿਲਕੁਲ ਹੀ ਵਲੈਤੀ ਕੜੀਆਲਾ ਸਾਫ਼ ਕੜੀਆਲਾ ਦੇਣ ਲੱਗੇ ਨੇ ਜੀ ਦੇਖੋ ਜੀ ਡੰਡਾ ਕੜੀਆਲਾ ਜੀ ਸ਼ਹਿਰ ਚ ਮਾਰਕੀਟ ਕਮੇਟੀ ਦੀ ਹਦੂਦ ਦੇ ਵਿੱਚ ਹੀ ਆ ਗਿਆ ਸ਼ਹਿਰ ਦੇ ਜਿਵੇਂ ਅਨਤਰ ਨਹੀਂ ਲੱਗ ਰਿਹਾ ਉਹ ਤੋਂ ਵੀ ਰੱਖੇ ਘੋੜੇ ਛੋੜੇ ਉਹਨਾਂ ਹਾਂ ਉਹਨਾਂ ਵੀ ਰੱਖੇ ਇਹ ਰੱਖੇ ਨੇ ਜਿਹੜੇ ਅਗਲੇ ਵੀ ਰੱਖਣਗੇ ਸਿੱਲਾਂ ਲਈ ਮੈਂ ਜਾਣਾ ਹੁੰਦਾ ਉੱਥੇ ਅਕਸਰ ਹੀ ਅੱਛਾ ਉਹ ਤਰੀ ਆ ਅਤੇ ਉਹਨੇ ਰਾਣਾ ਖਾਲਦ ਰਾਣਾ ਸਰਵਰ ਡੇਢ ਹਜ਼ਾਰ ਬੰਦੇ ਨੇ ਜਾਓਗੇ ਤਾਂ ਇਨਸ਼ਾਅੱਲਾ ਤੁਸੀਂ ਆਖੋਗੇ ਕਿ ਇਨਸਾਨ ਨੇ ਅੱਛਾ ਮੈਂ ਹੁਣ ਸ਼ਾਇਦ ਹਫ਼ਤੇ ਤੱਕ ਮੈਂ ਜਾਵਾਂ ਸਿੱਲਾਂ ਲਈ ਤੁਸੀਂ ਮੇਰੇ ਕੋਲ ਨੰਬਰ ਲੈ ਲਿਓ ਉਹਨਾਂ ਵੀ ਪੱਚੀ ਪੱਚੀ ਘੋੜੇ ਰੱਖੇ ਨੇ ਬੜੇ ਅੱਛੇ ਸ਼ਿਕਾਰੀ ਨੇ ਉਹ ਵੀ ਪੱਕੀ ਲਾਦੀ ਹੈ ਜੀ ਪੱਕੀ ਲਾਦੀ ਕਿੰਨੀ ਵਾਰੀ ਚੜੇ ਹੋ ਜਨਾਬ ਮੈਂ ਤਾਂ ਨੀ ਇੱਕ ਵਾਰੀ ਵੀ ਚੜਿਆ ਬੱਚੇ ਚੜਦੇ ਚੁੜਦੇ ਨੇ ਨਹੀਂ ਲਾਦੀ ਹੈ ਵੈਸੇ ਪੱਕੀ ਨਹੀਂ ਤੰਗ ਨੀ ਕਰਦੀ ਜਦੋਂ ਇਹ ਬਣਦੇ ਨੇ ਨਾ ਗਾਂਢ ਐਸਾ ਦਿੰਦੇ ਨੇ ਇੱਥੇ ਪਤਾ ਲੱਗਦਾ ਘੋੜੀਆਂ ਵਾਲਾ ਜਾਂ ਦੂਸਰਾ ਚਲੋ ਇੱਥੇ ਚੱਲ ਸਵਾਰ ਬੈਠਾ ਹੋਵੇ ਤੇ ਘੋੜੀ ਚ ਰੰਗ ਹੁੰਦੇ ਨੇ ਹਾਂ ਹੁਣ ਦੇਖਾਂ ਨਾ ਸਵਾਰ ਬੈਠਾ ਉਹਨੂੰ ਸਮਝ ਹਰ ਚੀਜ਼ ਦਾ ਪਤਾ ਹੁੰਦਾ ਦੇਖੋ ਜੀ ਉਸਤਾਦ ਉਸਤਾਦ ਹੀ ਹੁੰਦਾ ਉਸਤਾਦ ਦਾ ਲਫ਼ਜ਼ ਬੜਾ ਇਸਰਾਮ ਵਾਲਾ ਹੈ ਬਿਲਕੁਲ ਉਹਨਾਂ ਨੂੰ ਇਹ ਪਤਾ ਹੀ ਨਹੀਂ ਵਾਕ ਕਿਵੇਂ ਦੇਈਦਾ ਐਵੇਂ ਚੜ੍ਹ ਜਾਂਦੇ ਹਾਲਾਂ ਮੈਂ ਰੋਕਣਾ ਚੋਰੀ ਛਾਪੀ ਚੜ੍ਹ ਜਾਂਦੇ ਅਜੇ ਉਹਨੂੰ ਪਤਾ ਵੀ ਨਹੀਂ ਨਾ ਏਡਾ ਅਜੇ ਬੜੀ ਹੋਰ ਕੱਦ ਕਰ ਜਾਣਾ ਜਿੰਨੀ ਲੱਤ ਲੰਮੀ ਆ ਉਹਨਾਂ ਹੀ ਉੱਤੇ ਹੋ ਜਾਣੀ ਲੱਤ ਉੱਡੀ ਰਹਿੰਦੀ ਹੈ ਸੂਈ ਤੋਂ ਬਾਅਦ ਵੀ ਲੰਮਾ ਟੋਰਾ ਨਹੀਂ ਜਾਣਾ ਇਹਨੇ ਹਜੇ ਇਹ ਹਲੇ ਜੀ ਇਹਨੂੰ ਮੁੜਨ ਦਾ ਨਹੀਂ ਪਤਾ ਬਿਲਕੁਲ ਹੀ ਬੱਚਿਆਂ ਨੂੰ ਹਾਂਜੀ ਬੱਚੇ ਚੜ੍ਹੇ ਹੀ ਨਹੀਂ ਦੇ ਹਲੇ ਪੂਰੀ ਲਾਦੀ ਵੀ ਨਹੀਂ ਹੈ ਜੀ ਅਤੇ ਮਾਸ਼ਾਅੱਲਾ ਸੱਜਣੋ ਤੇ ਮਿੱਤਰੋ ਬਹੁਤ ਅੱਛੀ ਬਿਆਨ ਹੈ ਜੀ ਕਿਆ ਬਾਤ ਹੈ ਜੀ ਅੱਲਾ ਪਾਕ ਚਾਚੇ ਰਾਂ ਦੇ ਨਸੀਬਾਂ 'ਚ ਕਰੇ ਜੀ ਮਾਸ਼ਾਅੱਲਾ
ਕਿਆ ਬਾਤ ਹੈ ਜੀ, ਮਾਸ਼ਾਅੱਲਾ ਚੰਗੀ ਨਰਮ ਹੈ, ਬਹੁਤ ਅੱਛੀ ਨਰਮ ਗੋੜੀ ਹੈ, ਨਰਮ ਉਹ ਅਸੀਂ ਜਦੋਂ ਮੈਂ ਆਦੇ ਨਿਮਕ ਮਾਰ ਦਿੰਦੇ ਆ ਬ੍ਰੇਕ ਤੇ ਹੋਈ ਹੁੰਦੀ ਹੈ ਇਹਦੇ ਸਿਰ ਤੇ ਚੱਲਦੀ ਹੈ। ਦੇਖੋ ਵੀ ਸੱਜਣਾ ਮਿੱਤਰੋਂ ਸਵਾਰੀ ਕੀਤੀ ਹੈ ਜੀ, ਮਾਸ਼ਾਅੱਲਾ ਬਹੁਤ ਅੱਛੀ ਬਿਆਨ ਹੈ ਜੀ, ਕੋਈ ਦਿਨ ਠਹਿਰ ਕੇ ਟੋਰ ਨਹੀਂ ਗਈ ਜੀ, ਛੁੱਤਰੀ ਗੁਜ਼ਰ ਪਿਆ ਜੀ, ਕੁੱਤੀ ਪਤਾ ਨਹੀਂ ਕਿੱਧਰ ਗਈ, ਕੁੱਤੀ ਸੋਈ ਹੈ ਜੀ, ਗੁਲਰ ਪਿਆ ਜੀ ਦੇਖੋ ਛੋਟਾ ਜਿਹਾ। ਅੱਜ ਦੀ ਵੀਡੀਓ ਦਾ ਐਂਡ ਕਰਨੇ, ਮਿਲਣੇ ਨੈਕਸਟ ਵੀਡੀਓ ਨਾਲ, ਆਪਣਾ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ, ਅੱਲਾ ਹਾਫਿਜ਼।